ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਐਮ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਮੁਹੰਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਕਰਨਾ ਕਲਿੱਕ, ਤਾਂ ਕਿ ਸਾਡੀ ਅੱਛੀ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਹੀ ਤਰ੍ਹਾਂ ਵੀਰਾਂ ਭਰਾਵਾਂ ਨੂੰ ਮਿਲਦਾ ਰਹੇ। ਸਭ ਤੋਂ ਪਹਿਲੇ ਕਿਆ ਜਨਾਬ, ਇੱਕ ਦੂਸਰਾ ਸੁਆ ਸੂਈ ਸੋਈ ਮੱਝ ਮੱਝ ਮਾਸ਼ਾਅੱਲਾ ਸੋਹਣਾ ਥਾਣ ਹੈ, ਪੂਰੀ ਲੋਕੇਸ਼ਨ ਤੇ ਚਾਰੇ ਥਾਣ ਮਾਸ਼ਾਅੱਲਾ ਚੌਂ ਨੁਕਰਾਂ ਤੇ ਲੱਗੇ ਨੇ। ਲੈਣੇ ਦੇਣੇ ਹਮੇਸ਼ਾ ਤੇਰਾ ਮੁਕੱਦਰ ਸੌਦਾ ਨਾਲ ਨਸੀਬ ਦੇ ਭਰਾਵਾਂ ਵਾਸਤੇ ਮਿਹਨਤ ਕੋਸ਼ਿਸ਼ ਕਰਕੇ ਨੀਲੀ ਬਾਹਰ ਦੇ ਜਾਨਵਰ ਖਾਏ ਜਾਂਦੇ ਨੇ ਤੇ ਨੀਲੀ ਤੋਂ ਹੱਟ ਕੇ ਕੰਮ ਨਹੀਂ ਕਰਨਾ। ਬਾਕੀ ਮੱਝ ਦਾ ਕੱਦ ਚੰਗਾ, ਲਾਮ ਚੰਗੀ, ਮੱਝ ਜਨਾਬ ਦੂਸਰਾ ਸੁਆ ਸੂਈ ਹੈ, ਕਿੰਨਾ ਬੌਲਾ ਜਾਂ ਦੁੱਧ ਕਰਦੀ ਹੈ, ਉਹ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੇ ਲੈਂਦੇ ਹਾਂ। ਭਾਈ ਅੱਲਾ ਤਾ ਸਲਾਮ ਅਲੈਕੁਮ। ਵਾਲੇਕੁਮ ਸਲਾਮ ਭਾਈ ਸਾਹਿਬ। ਭਾਈ ਅੱਲਾ ਤਾ ਮੱਝ ਸੂਈ ਨੂੰ ਕਿੰਨੇ ਦਿਨ ਹੋ ਗਏ? ਸੂਈ ਨੂੰ ਹੋ ਗਈ 7 ਦਿਨ। 7 ਦਿਨ ਹੋ ਗਏ? 7 ਦਿਨ। ਮਗਰ ਕੱਟਾ ਹੈ? ਕੱਟਾ ਹੈ। ਅੱਛਾ ਭਾਈ ਅੱਲਾ ਤਾ ਸੂਈ ਖੜੀ ਹੈ? ਹਾਂਜੀ। ਸੁਆ ਕਿੰਨਵਾ ਸੂਈ ਹੈ? ਸੁਆ ਦੂਸਰਾ ਸੂਈ। ਦੂਸਰਾ? ਹਾਂਜੀ ਦੂਸਰਾ। ਸੂਈ ਖੜੀ ਹੈ ਥਾਣਾ ਦੀ ਆਪਣੀ ਗਰੰਟੀ? ਗਰੰਟੀ ਥਾਣਾ ਵਿੱਚ ਛੱਟਾ ਮੁਕੰਮਲ ਗਰੰਟੀ, ਛੱਟਾ ਫਾਰਾ ਗੱਡ ਮਰੋੜੀ ਗੱਟ ਵੱਤ ਆਪਣੀ ਪੂਰੀ ਮੁਕੰਮਲ ਆਪਣੀ ਨਾ, ਕਿਉਂ ਮੇਰੀ ਵੀਡੀਓ ਬਣਦੀ ਪਈ ਏ ਕੱਲ ਨੂੰ ਗੱਟ ਵੱਧ ਹੋਏ ਤੇ ਬੰਦਿਆਂ ਸੇ ਹਾਂ ਭਈ ਆਹ ਕੀ ਗੱਲ ਕੀਤੀ। ਹਾਂ ਬਿਲਕੁਲ, ਆਪਾਂ ਉਹ ਗੱਲ ਕਰਨੀ ਜਿੰਦੇ ਚ ਨਾ ਸ਼ਰਮ ਸਾਰੀ ਤੂੰ ਹੋਵੀ ਤੇ ਨਾ ਮੈਂ ਹੋਵਾਂ। ਬਿਲਕੁਲ ਸੋਹਣੀ ਗੱਲ। ਹਾਂਜੀ। ਅੱਛਾ ਮਗਰ ਕੱਟਾ? ਮਗੇ ਕੱਟਾ। ਸੂਈ ਨੂੰ ਕਿੰਨੇ ਦਿਨ ਹੋ ਗਏ ਦੱਸੇ? 7 ਦਿਨ ਹੋ ਗਏ। 7 ਦਿਨ ਹਾਜ਼ਰ ਵਕਤ ਉਹ ਦੁੱਧ ਦੱਸਣੇ ਜਿਹੜਾ ਕੋਈ ਵੀਰ ਭਰਾ ਆ ਜਾਵੇ ਤੇ ਆਪਾਂ ਆਸੇ ਪਾਸੇ ਨਾ ਹੋਈਏ। ਹਾਜ਼ਰ ਮੌਕੇ ਸਾਰੀ ਮਾਇਟ 16 ਸਿਰ ਦੋ ਨਿਚੋੜ ਦੋ, ਨਿਚੋੜ ਬੁੱਧੋ। ਠੀਕ ਹੋ ਗਿਆ। ਬੱਚੇ ਨੂੰ ਸਿਰਫ ਮੂੰਹ ਮੁਕਵਾਲ ਹੈ। ਅੱਛਾ, ਸਾਰੀ ਕਸਮਾ ਕੇ ਨਿਚੋੜ ਦੋ। ਹਾਂਜੀ, 8 ਕਿਲੋ ਉਸਲੇ 8 ਸੀ ਠੰਡਾ ਦੋ, ਠੰਡਾ ਦੋ। ਅੱਛਾ ਭਾਈ ਅੱਲਾ ਦਿੱਤਾ, ਇਹ ਮੈਲਾ ਸ਼ਰਾ ਸੱਟੇ ਕਿੰਨਾ ਦੁੱਧ ਕਰਦੀ ਰਹੇ? ਮੈਲਾ ਮੂਲਾ ਮਾ ਜਦੋਂ ਸੱਟਾ ਨਾ, ਹਾਂਜੀ, ਕਿ ਮੈਂ ਇਹ ਨਹੀਂ ਕਹਿੰਦਾ ਭਈ 30 ਲੀਟਰ ਕਰਸੀ 28 ਕਰਸੀ, ਜਿਹੜਾ ਨਾ 18-19 ਤੇ ਪੱਕਾ ਕਰਸੀ। ਮੇਰਾ ਦਿਲ ਮੰਦਾ ਜਿਹੜਾ 18-19 ਹੈ ਨਾ, ਜਿਹੜੀ ਮੈਂ 7-8 ਦਿਨਾਂ ਦੀ ਸੂਈ ਹੋਈ ਕਰਦੀ ਪਈ ਨਾ 15-16, ਹਾਂਜੀ, ਤੇ ਜਦੋਂ ਮੈਂ ਮੈਲਾ ਸੁੱਟਾ ਕੋਈ 2 ਕਿਲੋ ਤਾਂ ਵਧਾ ਸੀ, ਮੈਨੂੰ ਵਧਾਉਣਾ ਚਾਹੀਦਾ 2 ਕਿਲੋ, 2-3 ਕਿਲੋ ਵਧਾ ਸੀ ਨਾ, 18-19 ਲੀਟਰ ਹੋ ਗਿਆ ਤੇ 18-19 ਲੀਟਰ ਹਾਜੀ ਸਾਹਿਬ ਬਹੁਤ ਦੁੱਧ ਹੈ। 16 ਲੀਟਰ ਖਰਚੋ ਮਸਲਾ ਬਣਾ ਨੁਕਸ ਹੈ। ਅੱਛਾ, ਮੈਂ ਉਹਨੂੰ 1 ਲੱਖ ਰੁਪਇਆ ਇਨਾਮ ਹੀ ਦੇਖਾ ਉਹਦੀ ਮਿਹਨਤ ਨਾਲ। ਠੀਕ ਹੋ ਗਿਆ, ਸੋਹਣੀ ਗੱਲ ਕੀਤੀ। ਲੱਗੀ ਕੋਈ ਬਾਈ ਦਾ ਫਿਰ ਕੱਦ ਵੀ ਨਿੱਕਾ ਨਹੀਂ, 6 ਫੁੱਟ ਮੁਰੱਬਾ ਪਾ ਦੋਵੇ ਉੱਥੇ ਜਾਓ ਹੀ ਨਾ। ਮੇਰੀ ਗੱਲ ਸੁਣ ਲੈ, ਮਾਲ ਤੇਰੀ ਚੰਗੀ ਮਾਸ਼ਾਅੱਲਾ, ਲੇਕਿਨ ਮੁੱਲ ਕਰ ਚੰਗਾ ਪਿਆਰ ਮੁਹੱਬਤ ਵਾਲਾ। ਦੁਬਾਰਾ ਮੈਂ ਤੈਨੂੰ ਨੀ ਕਹਿੰਦਾ ਘੱਟ ਕਰ, ਇੱਕੋ ਹੀ ਗੱਲ ਕਰ ਦੇ। 6 ਲੱਖ ਤੇ 60 ਹਜ਼ਾਰ ਦੀ ਫੈਨ ਮੈਂ ਦਿੱਤਾ ਨਾ, ਮੈਂ 5 ਛੱਡਾ ਨਾ 10 ਛੱਡਾ। ਠੀਕ ਹੈ, 6 ਲੱਖ 60 ਹਜ਼ਾਰ ਦੀ ਫੈਨ। ਠੀਕ ਹੋ ਗਿਆ, ਮੈਂ ਖੋਲ ਕਰਦਾ। ਲਓ ਜੀ, 6 ਲੱਖ ਤੇ 60 ਹਜ਼ਾਰ ਦੇ ਵਿੱਚ ਪਿਆਰ ਮੁਹੱਬਤ ਇਨਸ਼ਾਅੱਲਾ ਜ਼ਰੂਰ ਹੋਵੇਗਾ। ਬਾਕੀ ਜਨਾਬ ਇਹ ਪੁੱਛ ਲਵੇ, ਵਿਖਾਓ ਜੀ ਕੈਮਰਾਮੈਨ ਸਾਹਿਬ, ਜਿਵੇਂ ਜਨਾਬ ਡੋਰ ਹੁੰਦੀ ਹੈ, ਸੋਹਣਾ ਥਾੜ, ਪੂਰੀ ਲੋਕੇਸ਼ਨ ਤੇ ਮਾਝ ਦਾ ਕੱਦ ਚੰਗਾ, ਲਾਮ ਚੰਗੀ, ਮਗਰ ਕੱਟਾ
ਹਾਜ਼ਰ ਵਕਤ 16 ਲੀਟਰ ਦੀ ਗਰੰਟੀ। ਕੋਈ ਵੀਰ ਭਰਾ ਆਵੇ ਤੇ ਅੱਲਾ ਦੇ ਫਜ਼ਲ ਇਨਸ਼ਾਅੱਲਾ ਆਪਦੀਆਂ ਤਸੱਲੀਆਂ ਕਰ ਲਵੇ, ਇੱਕ ਚੁਆਈ ਚ ਨਹੀਂ 2, 3, 4 ਜਿੰਨਾ ਜਨਾਬ ਉਹਦਾ ਦਿਲ ਮੁਤਮਿਨ ਹੋਵੇ ਤੇ ਫਿਰ ਇਨਸ਼ਾਅੱਲਾ ਮੱਝ ਜਾਵੇ। ਬਾਕੀ ਨੰਬਰ ਆਪਣਾ ਹੁੰਦਾ 0348-067-8468, ਇਹ ਜਨਾਬ ਆਪਣਾ ਵਟਸਐਪ ਨੰਬਰ ਹੈ। ਭਾਈ ਅੱਲਾ ਤੈਨੂੰ ਟੋਰ ਮਾੜਾ ਜਾ। ਬਾਕੀ ਭਰਾਵਾਂ ਵਾਸਤੇ ਮਿਹਨਤ ਕਰੀ ਦੀ, ਅੱਲਾ ਦੇ ਫਜ਼ਲ ਨਾਲ ਕੋਸ਼ਿਸ਼ ਕਰੀ ਦੀ ਹੈ। ਮਿਲਾਂਗੇ ਜਨਾਬ ਇੱਕ ਅੱਛੀ ਤੇ ਨਵੀਂ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।